ਹਾਂਜੀ ਸਰ, ਅੱਜ ਮੰਡੀਆਂ ਦਾ ਗੁਰਿਆਂ ਦਾ ਦੌਰਾ ਕੀਤਾ, ਕੀ ਕਹਿਣਾ ਚਾਹੁੰਦੇ? ਅੱਜ ਜੀ ਮੈਂ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ, ਗੁਰਾਇਆ ਮੰਡੀ ਦੇ ਚੇਅਰਮੈਨ ਸਾਹਿਬ, ਸਾਡੇ ਜ਼ਿਲ੍ਹਾ ਮੰਡੀ ਅਫਸਰ, ਬਾਕੀ ਸਾਰੇ ਅਫਸਰ ਸਾਹਿਬਾਨ ਇੱਥੇ ਗੁਰਾਇਆ ਮੰਡੀ ਦੇ ਵਿੱਚ ਆਏ ਹਾਂ। ਸਰਪ੍ਰਾਈਜ਼ ਇੰਸਪੈਕਸ਼ਨ ਅਸੀਂ ਕੀਤੀ ਹੈ ਜੀ। ਇੱਥੇ ਆ ਕੇ ਅਸੀਂ ਦੇਖਿਆ ਸਾਰੇ ਸਾਡੇ ਜਿਹੜੇ ਸਟੇਕ ਹੋਲਡਰ ਨੇ, ਕਿਸਾਨਾਂ ਨਾਲ ਵੀ ਗੱਲ ਕੀਤੀ ਸੀ, ਆੜ੍ਹਤੀਆਂ ਨਾਲ ਵੀ ਗੱਲ ਕੀਤੀ ਹੈਗੀ, ਸਾਡੇ ਜਿਹੜੇ ਇੰਸਪੈਕਟਰ ਨੇ ਉਹ ਵੀ ਇੱਥੇ ਆਏ ਹੋਏ ਸੀ, ਤੇ ਅਸੀਂ ਦੇਖਿਆ ਬੜੇ ਹੀ ਆਰਾਮ ਨਾਲ ਜਿਹੜੇ ਕੁਝ ਜ਼ਿਮੀਦਾਰ ਸਾਡੇ ਅੱਜ ਹੀ ਆਏ ਸੀ, ਅੱਜ ਹੀ ਉਹਨਾਂ ਦਾ ਮਾਲ ਜਿਹੜਾ ਉਹ ਸਾਫ ਕਰਕੇ ਉਹਨੂੰ ਤੋਲਿਆ ਜਾ ਰਿਹਾ ਸੀਗਾ। ਹੁਣ ਇੱਥੇ ਅਸੀਂ ਖੜੇ ਆ, ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਡੀ ਏਜੰਸੀਆਂ ਦੀ ਲਿਫਟਿੰਗ ਵੀ ਚੱਲਦੀ ਪਈ ਹੈ। ਇਹ ਮੰਡੀ ਬੜੀ ਹੀ ਸਮੂਥ ਚੱਲ ਰਹੀ ਆ। ਅਸੀਂ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਸਾਡੇ ਸਾਰੇ ਅਫਸਰ ਸਾਹਿਬਾਨ, ਜਿਵੇਂ ਐਸਐਸਪੀ ਸਾਹਿਬ ਤੇ ਮੈਂ ਅੱਜ ਟਰੈਵਲ ਕਰ ਰਿਹਾ, ਸਾਡੇ ਡੀਐਸਪੀ, ਐਸਟੀਐਮ ਸਾਹਿਬਾਨ, ਡੀਐਮ ਸਾਹਿਬਾਨ, ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਮੰਡੀਆਂ ਦੇ ਵਿੱਚ ਜਿਹੜੀ ਪ੍ਰੋਕਿਓਰਮੈਂਟ ਹੈ ਉਹ ਆਪਣੀ ਸਹੀ ਸਪੀਡ ਨਾਲ ਚੱਲਦੀ ਪਈ ਹੈ। ਅਗਾਂਹ ਅਸੀਂ ਹੋਰ ਇਸ ਨੂੰ ਇੰਪਰੂਵ ਕਰਾਂਗੇ। ਕਿਸੇ ਵੀ ਸਾਡੇ ਜ਼ਿਮੀਦਾਰ ਜਾਂ ਕਿਸਾਨ ਵੀਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਊਗਾ। ਜੇ ਕਿਤੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਮੰਡੀਆਂ 'ਚੋਂ ਕੋਈ ਖੱਜਲ ਖੁਆਰੀ ਕੀਤੀ ਜਾ ਰਹੀ ਹੈ, ਸਿੱਧੇ ਤੌਰ 'ਤੇ ਸਾਡੇ ਮੰਡੀ ਦੇ ਜਿਹੜੇ ਅਫਸਰ ਸਾਹਿਬਾਨ ਨੇ, ਐਸਟੀਐਮ ਸਾਹਿਬਾਨ ਨੇ, ਜਾਂ ਮੇਰੇ ਕੋਲ ਵੀ, ਜਾਂ ਉੱਥੇ ਮੌਕੇ ਦੇ ਕੋਈ SHO DSP ਸਾਹਿਬਾਨ ਆ, ਉਹਨਾਂ ਤੱਕ ਗੱਲ ਪਹੁੰਚਾਈ ਜਾਵੇ ਤਾਂ ਕਿ ਉਸ ਮੰਡੀ 'ਤੇ ਅਸੀਂ ਆਪ ਆਪਣੇ ਆਪ ਆ ਕੇ ਜਾਂ ਅਫਸਰ ਸਾਹਿਬਾਨ ਫੇਰ ਕੇ ਚੈੱਕ ਕਰਾਵਾਂਗੇ। ਸਿਮਿਲਰਲੀ ਸਾਡੇ ਜਿਹੜੇ ਆੜ੍ਹਤੀਆਂ ਨੇ, ਮਿਲਰ ਨੇ, ਮਿਲਰ ਦੇ ਜਿਹੜੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦੇ ਆ, ਉਹਨਾਂ ਨਾਲ ਵੀ ਸਾਡੀ ਲਗਾਤਾਰ ਗੱਲਬਾਤ ਚੱਲ ਰਹੀ ਆ। ਉਹਨਾਂ ਨੇ ਵੀ ਆਪਣੀ ਹਾਮੀ ਭਰੀ ਆ, ਬੜੇ ਹੀ ਆਰਾਮ ਨਾਲ ਤੇ ਬੜੇ ਹੀ ਸਮੂਥਲੀ ਜਿਹੜਾ ਇਹ ਪ੍ਰੋਕਿਓਰਮੈਂਟ ਦਾ ਸੀਜ਼ਨ ਆ ਸਾਡਾ ਵਧੀਆ ਚੱਲੂਗਾ। ਪੰਜਾਬ ਸਰਕਾਰ ਵੱਲੋਂ ਲਗਾਤਾਰ ਰੋਜ਼ਾਨਾ ਕਈ ਵਾਰੀ ਸਾਡੇ ਨਾਲ ਇਸ ਬਾਰੇ, ਇਸ ਮਸਲੇ ਤੇ ਗੱਲ ਹੁੰਦੀ ਆ, ਉਹਨਾਂ ਨੂੰ ਵੀ ਅਸੀਂ ਪ੍ਰੋਪਰ ਫੀਡਬੈਕ ਦੇ ਰਹੇ ਆ, ਤੇ ਜਿੰਨੇ ਵੀ ਕੋਈ ਮਾੜੇ ਮੋਟੇ ਇੱਕ ਦੁੱਖੇ ਇਸ਼ੂਜ਼ ਹੈ ਉਹ ਬਿਲਕੁਲ ਛੇਤੀ ਸੋਰਟ ਆਊਟ ਕੀਤੇ ਜਾਣਗੇ। ਸਾਡੇ ਜ਼ਿਲ੍ਹੇ 'ਚ, ਜ਼ਿਲ੍ਹਾ ਜਲੰਧਰ 'ਚ ਵੀ ਲਗਭਗ 600 ਕਰੋੜ ਤੋਂ ਵੱਧ ਦਾ ਜਿਹੜਾ ਪੇਮੈਂਟ ਹੈ MSP ਦੇ ਉੱਤੇ ਸਮੂਹ ਕਿਸਾਨਾਂ ਨੂੰ ਜਿਹੜੀ ਦਿੱਤੀ ਜਾ ਚੁੱਕੀ ਹੈਗੀ, ਤੇ ਅਗਾਂਹ ਵੀ ਇਸੀ ਸਪੀਡ ਨਾਲ ਜਿਹੜਾ ਲਿਫਟਿੰਗ ਦਾ ਤੇ ਪੇਮੈਂਟ ਦਾ ਕੰਮ ਜਿਹੜਾ ਲਗਾਤਾਰ ਚੱਲਦਾ।